ਇਟਲੀ ਦੇ ਵਿੱਚ ਪੇਪਰ ਖੁੱਲ ਗਿਆ ਜੀ ਇਮੀਗ੍ਰੇਸ਼ਨ ਖੁੱਲੀ ਹੋਈ ਆ ਕਿੱਟ ਜਮ੍ਹਾਂ ਕਰਾ ਦਿਓ ਤੁਸੀਂ ਪੱਕੇ ਹੋ ਜਾਣਾ ਚਾਹੇ ਤੁਸੀਂ 9 ਮਹੀਨੇ ਦੇ ਪੇਪਰਾਂ ਤੇ ਆਇਆ ਇਹੋ ਗੱਲਾਂ ਜੀ ਜੋ ਤੁਹਾਨੂੰ ਸੁਣਨ ਦੇ ਵਿੱਚ ਮਿਲ ਸਕਦੀਆਂ 9ਵੇਂ ਜਾਂ 10ਵੇਂ ਮਹੀਨੇ ਦੇ ਵਿੱਚ ਇਟਲੀਜ਼ ਚ ਪੇਪਰ ਖੁੱਲਣ ਵਾਲੇ ਨੇ ਫਿਲਹਾਲ ਇਸ ਤਰ੍ਹਾਂ ਦੀ ਕੋਈ ਵੀ ਆਫੀਸ਼ਲ ਨਿਊਜ਼ ਕਿਸੇ ਵੀ ਪਾਸੇ ਨਹੀਂ ਆਈ ਜਿਸ ਦੇ ਵਿੱਚ ਇਹ ਮੈਂਸ਼ਨ ਕੀਤਾ ਗਿਆ ਹੋਵੇ ਕਿ ਕੱਚੇ ਬੰਦਿਆਂ ਨੂੰ ਪੱਕੇ ਕੀਤਾ ਜਾ ਰਿਹਾ ਹੈ ਸਿਰਫ ਇੱਕ ਆਈਡੀਆ ਅਨੁਮਾਨ ਹੀ ਲਾਇਆ ਜਾ ਸਕਦਾ ਕਿ ਜਿੰਨੇ ਇਟਲੀ ਦੇ ਵਿੱਚ ਕੱਚੇ ਬੰਦੇ ਨੇ ਉਹਨਾਂ ਨੂੰ ਪੱਕੇ ਕੀਤਾ ਜਾ ਸਕਦਾ। ਬੀਤੇ ਦਿਨਾਂ ਦੇ ਵਿੱਚ 33 ਬੰਦਿਆਂ ਨੂੰ ਪੇਪਰ ਮਿਲਿਆ ਸਿਰਫ ਉਹਨਾਂ ਇੰਡੀਆਨਾਂ ਨੂੰ ਜਿਨ੍ਹਾਂ ਦੇ ਸਿਰ ਸ਼ੋਸ਼ਣ ਕੀਤਾ ਜਾ ਰਿਹਾ ਸੀਗਾ ਜਿਨ੍ਹਾਂ ਦਾ ਕਿਉਂਕਿ ਉਹਨਾਂ ਨੂੰ ਦੋ ਇੰਡੀਆਨਾਂ ਨੇ ਬਹੁਤ ਹੀ ਗਲਤ ਤਰੀਕੇ ਦੇ ਨਾਲ ਕੰਮ ਤੇ ਰੱਖੇ ਹੋਏ ਸਨ ਬਹੁਤ ਹੀ ਜ਼ਿਆਦਾ ਮਾੜਾ ਹਾਲ ਉਹਨਾਂ ਨਾਲ ਦੁਰਵਿਹਾਰ ਕਰਦਾ ਸੀ। ਪਰ ਜੇ ਇਹ ਹੀ ਕਹੀਏ ਕਿ ਕੱਚੇ ਬੰਦਿਆਂ ਨੂੰ ਡਾਇਰੈਕਟਲੀ ਪੇਪਰ ਫਿਲਹਾਲ ਨਹੀਂ। ਜੇਕਰ ਕੋਈ ਤੁਹਾਨੂੰ ਕਹੇ ਕਿ ਜੀ ਇਮੀਗ੍ਰੇਸ਼ਨ ਓਪਨ ਹੋਈ ਹੈ ਤੁਹਾਡੀ ਕਿਟ ਭਰਾ ਦੰਨੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੌਣਦਾ ਹੋ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਕੋਈ ਕਹਿੰਦਾ ਕਿ ਤੁਹਾਡੀ ਕਿਟ ਭਰਾ ਦੰਨੇ ਆ ਜੀ ਕਿ ਪੇਪਰ ਖੁੱਲੇ ਆ ਦੇਖੋ ਜੇ ਅਸੀਂ ਟੈਕਨੀਕਲੀ ਗੱਲ ਕਰੀਏ ਤਾਂ 31 ਦਸੰਬਰ 2024 ਤੱਕ ਪੇਪਰ ਖੁੱਲੇ ਹੋਏ ਨੇ ਜਿਨ ਦੇ ਕਰੀ ਤੋ ਫਲੂਸੀ ਸਟਾਜੋ ਨਾਲੀ ਜਿਹੜੇ ਅਸੀਂ ਕਹਿੰਨੇ ਆ ਹੁਣੇ ਜਿਹੜਾ ਜ਼ਿਕਰ ਦੇ ਤੋ ਫਲੂਸੀ ਆ ਇਟਲੀ ਦੇ ਵਿੱਚ ਹਰ ਸਾਲ ਖੁੱਲ 2023 24 25 ਦੇ ਲਈ ਖੁੱਲਿਆ ਹੋਇਆ 2025 ਦੇ ਵਿੱਚ ਫਰਵਰੀ ਮਹੀਨੇ ਦੇ ਵਿੱਚ ਪੇਪਰ ਫਾਰਨੇ ਸ਼ੁਰੂ ਹੋ ਜਾਣੇ ਤੇ 31 ਦਸੰਬਰ ਤੱਕ ਪੇਪਰ ਖੁੱਲੇ ਰਹਿੰਦੇ ਆ ਪਰੇ ਜਿਹੜੇ ਕੋਟੇ ਹੁੰਦੇ ਆ ਪਹਿਲੇ 1 ਜਾਂ 2 ਦਿਨ ਦੇ ਵਿੱਚ ਖਤਮ ਹੋ ਜਾਂਦੇ ਆ ਟੈਕਨੀਕਲੀ ਗੱਲ ਕਰਦੇ ਇਟਲੀ ਦੀ ਇਮੀਗ੍ਰੇਸ਼ਨ ਖੁੱਲੀ ਆ ਪਰ ਸਿਰਫ ਉਹਨਾਂ ਦੇ ਲਈ ਓਪਨ ਹੀ ਹੈ ਜਿਹੜੇ ਇਟਲੀ ਤੋਂ ਬਾਹਰ ਨੇ ਤੇ ਇਟਲੀ ਦੇ ਵਿੱਚ ਆ ਕੇ ਕੰਮ ਕਰਨਾ ਚਾਹੁੰਦੇ ਆ ਫਿਰ ਚਾਹੇ 9 ਮਹੀਨੇ ਦਾ ਹੋਵੇ ਫਿਰ ਚਾਹੇ ਉਹ ਸਾਲ ਵਾਲਾ ਹੋਵੇ ਪਰ ਜੇ ਤੁਹਾਨੂੰ ਕੋਈ ਬੰਦਾ ਇਹ ਕਹੇ 500 ਹਜ਼ਾਰ 2000 10000 5000 ਸਾਨੂੰ ਦੋ ਤੁਹਾਡੀ ਗਿਟ ਜਮਾ ਕਰਾ ਕੇ ਤੁਹਾਨੂੰ ਪੱਕੇ ਕਰਾ ਦਿੰਨੇ ਆ ਇਹਦੇ ਨਾਲ ਕੋਈ ਚੋਸ਼ ਨਹੀਂ ਹੁੰਦਾ ਇਸ ਤਰ੍ਹਾਂ ਦਾ ਸਰਕਾਰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕਾਨੂੰਨ ਨਹੀਂ ਹੈ ਹਾ ਇੱਕ ਸਿਰਫ ਜਗਾੜ ਜ਼ਰੂਰ ਹੈ ਕਈ ਵਾਰ ਜਿਹਨਾਂ ਬੰਦਿਆਂ ਨੇ 9 ਮਹੀਨੇ ਦੇ ਪੇਪਰਾਂ ਤੇ ਇਟਲੀ ਦੇ ਵਿੱਚ ਆਏ ਹੁੰਦੇ ਆ ਉਹਨਾਂ ਦੀ ਉਹ ਸਜੂਰਨ ਉਹ ਐਕਸਪਾਇਰ ਹੋ ਜਾਂਦੀਆਂ ਨੇ ਤਾਂ ਉਹ ਇਟਲੀ ਤੋਂ ਉਹਨਾਂ ਨੂੰ ਰਾਸਤੇ 'ਚ ਕਿਤੇ ਫੜ ਹੋਣ ਤੇ ਕੰਟਰੀ ਆਰਡਰ ਨਾ ਮਿਲ ਜੇ ਇਸ ਡਰ ਤੋਂ ਉਹ ਆਪਣੀ ਜਿਹੜੀ ਕਿਟ ਖਾਲੀ ਪੋਸਟ ਵਿੱਚ ਜਮਾ ਕਰਵਾ ਦਿੰਦੇ ਆ ਤੇ ਕਈ ਵਾਰ ਬੰਦਿਆਂ ਦੇ ਨਾਲ ਇਦਾਂ ਵੀ ਹੋਇਆ ਕਿ ਬਹੁਤ ਸਾਰੇ ਬੰਦਿਆਂ ਨੇ ਉਹਨਾਂ ਤੋਂ ਠੱਗੀ ਮਾਰ ਕੇ ਕਿਸੇ ਨੇ 2 ਕਿਸੇ ਨੇ 4 ਲੈ ਕੇ ਖਾਲੀ ਕਿਟਾਂ ਜਮਾ ਕਰਾਤੀਆਂ ਤੇ ਬੰਦੇ ਜਦੋਂ ਫਿਰ ਕੁਸਤੂਰੇ ਦੇ ਵਿੱਚ ਫਿੰਗਰਾਂ ਤੇ ਜਾਂਦੇ ਆ ਉੱਥੇ ਉਹਨਾਂ ਨੂੰ ਕੁਝ ਹੋਰ ਨਹੀਂ ਕੰਟਰੀ ਆਰਡਰ ਮਿਲਦਾ ਜ਼ਿਆਦਾਤਰ ਜਿਹੜੇ ਕੰਟਰੀ ਆਊਟ ਮਿਲਦੇ ਹੀ ਚਾਂਸ ਹੁੰਦੇ ਨੇ ਕਿਉਂਕਿ ਪੁਲਿਸ ਵਾਲੇ ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਇਹ ਪ੍ਰੋਸੈਸ ਜਿਹੜਾ ਗਲਤ ਕੀਤਾ ਤੁਸੀਂ 9 ਮਹੀਨੇ ਦੇ ਪੇਪਰਾਂ ਤੇ ਐਂਟਰ ਹੋਏ ਸੀ ਤੁਹਾਨੂੰ ਇਟਲੀ ਦੇ ਵਿੱਚ ਜੇ ਪੇਪਰ ਆਪਣੇ ਚੇਂਜ ਕਰਵਾਉਣੇ ਜਾਂ ਕਿਟ ਕਰਵਾਉਣੀਆਂ ਤਾਂ ਪ੍ਰਫੇ ਤੂਰੇ ਦੇ ਥਰੂ ਕਰਵਾਉਣੀ ਪੈਣੀ ਹੈ ਇਸ ਕਰਕੇ ਜੇਕਰ ਬੰਦਾ ਉੱਥੇ ਕਹੇ ਕਿ ਜੀ ਮੈਂ ਤਾਂ ਕੰਟਰੀ ਛੱਡਣਾ ਨਹੀਂ ਚਾਹਦਾ ਤਾਂ ਫਿਰ ਤੁਹਾਨੂੰ 15 ਦਿਨ ਦਾ ਟਾਈਮ ਕੀ ਤੁਹਾਡਾ ਪਾਸਪੋਰਟ ਵੀ ਰੱਖ ਸਕਦੇ ਆ ਤੇ ਤੁਹਾਨੂੰ ਫਿਰ ਡਾਇਰੈਕਟ ਕਹਿਣਗੇ ਕਿ ਰੋਜ਼ ਆ ਕੇ ਪੇਸ਼ੀ ਕਰੋ ਅਤੇ ਜਿੰਨਾ ਟਾਈਮ ਤੁਹਾਨੂੰ ਸੀ ਇਟਲੀ ਦੇ ਤੋਂ ਫਲਾਈਟ ਚੜ੍ਹ ਕੇ ਇੰਡੀਆ ਪਾਕਿਸਤਾਨ ਜਾਂ ਜਿੱਥੇ ਵੀ ਕੰਟਰੀ ਆਪਣੀ ਹੈ ਨਹੀਂ ਜਾਂਦੇ ਉਹਨਾ ਟਾਈਮ ਤੁਹਾਡਾ ਪਾਸਪੋਰਟ ਵੀ ਨਹੀਂ ਦੇਣਗੇ ਇਸ ਕਰਕੇ ਖਾਲੀ ਕਿੱਟਾਂ ਜਮ੍ਹਾਂ ਕਰਾਣੀਆਂ ਸਿਰਫ ਇੱਕ ਜਗਾੜਾ ਜੇਕਰ ਤੁਹਾਨੂੰ ਕੋਈ ਵੀ ਇਸ ਜਗਾੜ ਦੇ ਪੈਸੇ ਲੈ ਰਿਹਾ ਤਾਂ ਉਹ ਸਰਾਸਰ ਗਲਤ ਆ ਤੁਹਾਡੇ ਨਾਲ ਧੋਖਾ ਕਰ ਰਿਹਾ ਇਟਲੀ ਦੀ ਇਮੀਗ੍ਰੇਸ਼ਨ ਫਿਲਹਾਲ ਨਹੀਂ ਖੁੱਲੀ ਹੋਈ ਬਹੁਤ ਹੀ ਜ਼ਿਆਦਾ ਗਲਤ ਇਨਫੋਰਮੇਸ਼ਨ ਹੈ ਜਿਹੜੀ ਆਪਣੇ ਬੰਦਿਆਂ ਦੇ ਵਿੱਚ ਦਿੱਤੀ ਜਾ ਰਹੀ ਹੈ ਜ਼ਿਆਦਾਤਰ ਉਹਨਾਂ ਬੰਦਿਆਂ ਦੇ ਨਾਲ ਹੀ ਧੋਖਾ ਹੁੰਦਾ ਜਿਹੜੇ ਬੰਦੇ ਵਿਚਾਰੇ ਕੱਚੇ ਨੇ ਇਨਫੋਰਮੇਸ਼ਨ ਜਿਨਾਂ ਕੋਲ ਨਹੀਂ ਹੈ ਜਾਣਕਾਰੀ ਵੱਧ ਤੋਂ ਵੱਧ ਪ੍ਰਾਪਤ ਕਰੋ ਕਿਸੇ ਨੂੰ ਵੀ ਪੈਸੇ ਦੇਣ ਤੋਂ ਪਹਿਲਾਂ ਆਪਣੇ ਵੱਲੋਂ ਆਨਲਾਈਨ Google ਤੇ ਸਰਚ ਜ਼ਰੂਰ ਕਰੋ ਕਿ ਇਟਲੀ ਦੀ ਇਮੀਗ੍ਰੇਸ਼ਨ ਓਪਨ ਹੈ ਜਾਂ ਨਹੀਂ ਕਿਉਂਕਿ ਅੱਜਕਲ ਇੰਟਰਨੈਟ ਤੇ ਹਰ ਇੱਕ ਜਾਣਕਾਰੀ ਉਪਲਬਧ ਹੈ ਜੀ ਇਸ ਤਰ੍ਹਾਂ ਦੀ ਹੋਰ ਵੀ ਖਬਰਾਂ ਸੁਣਨ ਦੇ ਲਈ ਚੈਨਲ ਆਪਣਾ ਹੀ ਤਾਂ ਪੰਜਾਬੀ ਹੈ ਜੀ ਸਬਸਕ੍ਰਾਈਬ ਜਰੂਰ ਕਰਕੇ ਰੱਖਿਓ